ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਦ ਵਿੱਚ ਬਿਰਾਜਮਾਨ ਗੁਰੂ ਸਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਇੱਥੇ ਫਰਮਾਉਣ ਲੱਗੇ ਨੇ, ਹਮਰੀ ਕਰੋ ਹੱਥ ਦੈ ਰੱਛਾ। हे परमात्मा साड़ी रख्या कर, जे जंग दे मैदान वेचां ते दुश्मना तो बचा, जे अपने जीवन काल वेच दुनियावी तौर ते विचरदे हां विकारां तो बचाई, दुखां दलिद्रां तो बचा, कलयुग तो बचा। ਬੜੇ ਪ੍ਰਕਾਰ ਦੇ ਦੁੱਖ ਨੇ, ਬੜੇ ਪ੍ਰਕਾਰ ਦੇ ਨਾਲ ਕਾਮ ਕ੍ਰੋਧ ਮਾਰਦੇ ਨੇ, ਸਾਡੀ ਸਭਨਾ ਪਾਸੋਂ ਰੱਖਿਆ ਕਰ, ਅਧਿਆਤਮ ਤੌਰ 'ਤੇ ਰੱਖਿਆ ਕਰ, ਦੁਨਿਆਵੀ ਤੌਰ 'ਤੇ ਰੱਖਿਆ ਕਰ। ਅੱਗੇ ਆਖਣ ਲੱਗੇ, ਪੂਰਨ ਹੋਏ ਚਿੱਤ ਕੀ ਇੱਛਾ, ਇਹ ਸਾਡੀ ਤੇਰੇ ਚਰਨਾਂ ਵਿੱਚ ਇੱਛਾ ਹੈ, ਜੋ ਜ਼ਾਹਰ ਕਰਦੇ ਹਾਂ ਵੀ ਸਾਨੂੰ ਬਚਾ ਲੈ। ਅਗਲੀ ਪੰਕਤੀ ਵਿੱਚ ਕਹਿੰਦੇ ਨੇ, ਇੱਕ ਸਾਡੀ ਹੋਰ ਇੱਛਾ ਹੈ, ਬੜੇ ਦੁਨੀਆ 'ਤੇ ਦੇਵਤੇ ਨੇ, ਬੜੇ ਪੀਰ ਪੈਗੰਬਰ ਨੇ, ਪਰ ਮੈਂ ਕੇਵਲ ਤੇਰੇ ਦਰ ਦਾ ਪੁਜਾਰੀ ਹਾਂ, ਤੇਰੇ ਅੱਗੇ ਇੱਕ ਤਰਲਾ ਲੈਂਦਾ ਹਾਂ। ਤਵ ਚਰਨਨ ਮਨ ਰਹੇ ਹਮਾਰਾ, ਤੇਰੇ ਚਰਨਾਂ ਤੋਂ ਬਿਨਾਂ ਮੇਰਾ ਮਨ ਕਿਤੇ ਹੋਰ ਨਾ ਲੱਗੇ, ਸਦਾ ਤੇਰੇ ਚਰਨਾਂ ਦੀ ਯਾਦ ਵਿੱਚ ਖੋਇਆ ਰਵਾਂ, ਜੁੜਿਆ ਰਵਾਂ। ਆਪਣਾ ਜਾਨ ਕਰੋ ਪ੍ਰਤਪਾਰਾ, ਆਪਣਾ ਸਮਝ ਕੇ ਪਾਲਣਾ ਕਰ। ਇੱਥੇ ਸ਼ੰਕਾ ਉਤਪੰਨ ਹੋ ਜਾਂਦਾ ਵੀ ਕੀ ਗੱਲ ਬਗਾਨਿਆਂ ਦੀ ਪਾਲਣਾ ਨਹੀਂ ਕਰੇਗਾ। ਨਹੀਂ, ਵੇਖੋ ਕਈ ਐਸੇ ਲੋਕ ਨੇ ਬਖਸ਼ਦਾ ਪਰਮਾਤਮਾ ਪਰ ਆਪਣੇ ਆਪ 'ਤੇ ਮਾਣ ਕਰਦੇ ਨੇ, ਜੋ ਕਰਦੇ ਹਾਂ ਅਸੀਂ ਕਰਦੇ ਹਾਂ। ਗੁਰੂ ਸਾਹਿਬ ਕਹਿੰਦੇ, ਵੇਖ ਜਿਹੜੇ ਮਾਣ ਕਰਦੇ ਨੇ ਤੈਨੂੰ ਯਾਦ ਨਹੀਂ ਕਰਦੇ, ਕੁੱਲ ਕਾਇਨਾਤ ਔਲਾਦ ਤੇ ਤੇਰੀ ਹੈ, ਕਈ ਬੱਚੇ ਤੇਰੇ ਹੁਕਮ ਵਿੱਚ ਨਹੀਂ ਚੱਲਦੇ, ਪਰ ਦੇਵ ਨੇਤ ਅਨੁਸਾਰ ਰੋਜੀ ਰੋਟੀ ਉਹਨਾਂ ਦੀ ਵੀ ਨਹੀਂ ਖੋਹਦਾ। ਜਾਨ ਕੋ ਦੇਤ ਅਜਾਨ ਕੋ ਦੇਤ, ਸਭਨਾਂ ਨੂੰ ਬਖਸ਼ਦਾ ਹੈ, ਪਰ ਸੁਣਿਆ ਵੀ ਜਿਨ੍ਹਾਂ ਨੂੰ ਤੂੰ ਆਪਣੇ ਬਣਾ ਲੈਂਦਾ ਹੈ ਉਹਨਾਂ ਦੀ ਪੂਰਨ ਤੌਰ 'ਤੇ ਪ੍ਰਤਪਾਲਣਾ, ਪੂਰਨ ਤੌਰ 'ਤੇ ਰੱਖਿਆ ਕਰਦਾ ਹੈ। ਆਨੰਦਗੜ੍ਹ ਦੇ ਕਿਲੇ ਵਿੱਚ ਸੱਤ ਸੱਤ ਅੱਠ ਅੱਠ ਮਹੀਨੇ ਤੋਂ ਭੁੱਖੇ ਪੱਤੇ ਖਾ ਕੇ ਗੁਜ਼ਾਰਾ ਕਰਨ ਵਾਲੇ, ਦੁਨਿਆਵੀ ਤੌਰ 'ਤੇ ਇੰਨਾ ਸਮਾਂ ਨਹੀਂ ਭੁੱਖਿਆਂ ਲੰਘਦਾ, ਪਰ ਜਿਨ੍ਹਾਂ ਦੇ ਸਿਰ 'ਤੇ ਤੇਰਾ ਹੱਥ ਹੈ ਉਹਨਾਂ ਨੂੰ ਕਿਸੇ ਦਾ ਖਤਰਾ ਨਹੀਂ। ਉਹਨਾਂ ਲਈ ਹਰ ਮੁਸੀਬਤ ਵਿੱਚੋਂ ਨਿਕਲਣਾ ਸੰਭਵ ਹੈ, ਹਰ ਵਿਘਨ ਦਾ ਖਾਤਮਾ ਤੂੰ ਉਹਨਾਂ ਦਾ ਆਪ ਕਰਦਾ ਹੈ, ਪ੍ਰਹਿਲਾਦ ਦਾ ਵੀ ਕੀਤਾ ਹੈ। ਸਾਡੀ ਇਸ ਤਰ੍ਹਾਂ ਨਾਲ ਰੱਖਿਆ ਕਰ, ਹਰ ਯੁਗ ਯੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਣਾਕਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਇੱਦਾਂ ਦੁਸ਼ਟਾਂ ਤੋਂ ਬਚਾ, ਇੱਦਾਂ ਆਪਣਾ ਬਣਾ ਜਿਵੇਂ ਹਰ ਯੁੱਗ ਵਿੱਚ ਪ੍ਰਹਿਲਾਦ ਵਰਗਿਆਂ ਨੂੰ ਬਣਾ ਕੇ ਰੱਖਿਆ ਕਰਦਾ ਹੈ। ਇੱਦਾਂ ਸੀਨੇ ਦੇ ਨਾਲ ਲਾ ਅਹੰਕਾਰੀਆਂ ਨਿੰਦਕਾਂ, ਪਿੱਠ ਦੇ ਨਾਮ ਦਿਓ ਮੁਖ ਲਾਇਆ, ਆਪਣਾ ਬਣਾ ਕੇ ਪ੍ਰਤਪਾਲਣਾ ਕਰ। ਕਰੀ ਤੇ ਬੇਗਾਨਿਆਂ ਦੀ ਵੀ ਜਾਨਾਂ, ਪਰ ਪੂਰਨ ਤੌਰ 'ਤੇ ਚਰਨਾਂ ਦਾ ਭੌਰਾ ਬਣਾ। ਪ੍ਰਭ ਜੀਓ ਖਸਮਾਨਾ ਕਰ ਪਿਆਰੇ, ਬੁਰੇ ਭਲੇ ਹਮ ਥਾਰੇ, ਬੁਰਿਆਂ ਜਾਂ ਕੋਈ ਚੰਗਾ ਗੁਣ ਹੈ, ਕੋਈ ਮਾਣ ਨਹੀਂ, ਕੋਈ ਗਿਲਾ ਨਹੀਂ, ਕੇਵਲ ਆਪਣੇ ਬਣਾ ਕੇ ਵਿਕਾਰਾਂ ਪਾਸੋਂ ਦੁਸ਼ਮਣਾਂ ਪਾਸੋਂ ਰੱਖਿਆ ਕਰ।
हमरे दुष्ट सब तुम काव हो। साढ़े जिन्ने भी दुश्मन ने वेख तेरी बंदगी करनी चौंकड़ा मारना कई विघन पैंदे ने, यह भी साढ़े दुश्मन ने। दलिद्र सानू नेतनेम नहीं करन दिंदा, यह भी साडा दुश्मन है। जब जी रंभ नहीं होई वासियां आउण लग पैंदियां ने, यह भी साडा दुश्मन है। सारिआं दे आपो अपनी फिदा है, आपो अपने दुश्मन ने। और सानू हर एक नू गुरु हरकृष्ण साहिब दे चरणा विच नित पहुँच के तरला लैणा चाहीदा है। हमरे दुष्ट सबै तुम कावहो, किवें उन्हां दा घाण कर, किवें साडे रस्ते चों पासे कर। कहिंदे ने आप हाथ दा मोह बचावहो, अपने हथां नाल अपने प्यारियां दी रखिया कर, दुष्टमां दा कहाव कर, खत्म कर। और अपने प्यारियां नू समूह दुश्मना दे पासों बचाउणा कर, ये तेरे अगे सनिमर बेनती है। तू सारे दुश्मना नू मार भी दिना है, चमकौर दी गड़ी दे बार मारिया भी है, पंगाणी दे युद्ध विच मारिया भी है, इंसानियत दे दुश्मना नू मार भी दिना है जदों अपने हाथ विच तू शस्त्र चुक लैना है। अगलियां पंक्तियां विच एक बचन आखिया, कहिंदे ने सुखी बसै मोरो परिवारा, मेरा परिवार सुखी वसना चाहिदा है। ते वसेगा कदों, जदों दुश्मन खत्म होणगे। हुण इत्थे सवाल पैदा होवेगा भी गुरु साहब अपने परिवार नाल मोह बड़ा करदे ने, गुरु साहब अपने परिवार दे नाल फिर ज्यादा मोह करदे होए, सिखां सेवकां दे नाल उन्हां दा फिर मोह नहीं होवेगा। बाणी नू किते ध्यान नाल पढ़, गुरु दा परिवार केड़ा है। सो सिख सखा बंदप है भाई जे गुर कै भाणे विच। गुरु दा भरा ओ है, गुरु दा बच्चा ओ है जेड़ा उदे हुकम विच चलदा है। अल्लाह यार खां बड़ा सुंदर लिखदे ने, कहिंदे जदों निक्के बाबा जुझार सिंह ने 14 वरियां दी उम्र विच जंग दे मैदान अंदर जाण दी आग्या मन्नी है ना, जदों तरला लैणा कीता है, अल्लाह यार खां कहिंदे हैरानी होई, मैं सोचिया भी अपने परिवार दी रखिया लई जतन करनगे, बच्चियां नूं बचाउणगे, तीन गए ने एक नूं रख लैणगे। ते कहिंदे मोढे ते थापड़ा दे के कलगीधर ने एक गल आखी सी, आजाद कराया बनी आदम से गले को। कहिंदे मुसलमान कहिंदे ने भी जेड़े ये मनुखता है, जेड़ा ये अंश है, ये आदम दी औलाद है। ते कहिंदे जदों सचखंड विच चलिया जावे, दादा से मिले स्वर्ग में जिस दम तो यह कहना, जदों तुहाडे दादा गुरु तेग बहादुर जो रब्बी रूप ने स्वर्गां विच मिलन ते एक गल आखियो, दो चार होंगर खुलद में आदम तो यह कहना, जे कोई उत्थे सूझवान सतपुरश तुहानू मिल जावे, जब बेस में नानक को मिले हम तो यह कहना। अगर गुरु नानक साहिब तुहानू उन्हां स्वर्गां विच मिलन, ओ सचखंड दा वाली मिले पाना कहीं गोबिंद का मरहम तो यह कहना, बचिया मेरा कोई अंश तैनू सचखंड विच मिले ते एक गल आखी, उन्हां नू समझा दई जे पुछण भी इजीत ते जुझार, तुसी निक्की उमरे सचखंड आ गए जे, ते जवाब ये दिओ भी अपने सिखां सेवकां दी आदम दी औलाद दी रखिया लई पिता ने साडा सिर वार दिता है।
ਆਦਮ ਦੀ ਔਲਾਦ ਦੇ ਗਲ ਚੋਂ ਫਾਹਾ ਵੱਢਣ ਲਈ ਆਜ਼ਾਦ ਕਰਾਇਆ, ਬਨੀ ਆਦਮ ਕੇ ਗਲੇ ਕੋ ਕਟਵਾ ਦੀਏ ਬੱਚੇ ਵੀ ਮੁਰੀਦੋਂ ਕੇ ਭਲੇ ਕੋ। ਮੁਰੀਦਾਂ ਦੇ ਭਲੇ ਲਈ ਬੱਚੇ ਕਟਵਾਏ ਨੇ, ਸਿੱਖਾਂ ਸੇਵਕਾਂ ਨੂੰ ਸੁੱਖ ਦੇਣ ਲਈ ਸੇਵਕ ਸਿੱਖ ਸਭੈ ਕਰਤਾਰਾ ਸੁਖੀ ਬਸੈ ਮੋਰੋ ਪਰਿਵਾਰਾ। ਸਾਡੇ ਸੁੱਖ ਖਾਤਰ, ਆਪਣੇ ਸਿੱਖਾਂ ਦੇ ਸੁੱਖ ਖਾਤਰ ਮੈਂ ਬੱਚੇ ਵਾਰੇ ਨੇ। ਬੇਟਾ ਹੋ ਤੁਮ ਹੀ ਪੰਥ ਕੇ ਬੇੜੇ ਕੇ ਖਵਈਆ ਸਰ ਭੇਟ ਕਰੋ ਥਾਂ ਕੇ ਧਰਮ ਕੀ ਚਲੇ ਨਈਆ। ਹੇ ਪੁੱਤਰ ਜੁਝਾਰ ਸਿੰਘ ਤੂੰ ਆਗਿਆ ਮੰਗਦਾ ਹੈ ਤੇ ਮੈਂ ਤਿਆਰ ਹਾਂ ਤੈਨੂੰ ਜੰਗ ਦੇ ਮੈਦਾਨ ਅੰਦਰ ਤੋਰਨ ਲਈ, ਕਿਉਂਕਿ ਤੂੰ ਸਿੱਖੀ ਦੇ ਜਹਾਜ਼ ਦਾ ਮਲਾਹ ਹੈ ਤੇ ਮਲਾਹ ਤੋਂ ਬਿਨਾਂ ਬੇੜਾ ਪਾਰ ਨਹੀਂ ਲੱਗਦਾ। ਬੇਟਾ ਹੋ ਤੁਮ ਹੀ ਪੰਥ ਕੇ ਬੇੜੇ ਕੇ ਕਵਈਆ ਸਰ ਭੇਟ ਕਰੋ ਤਾਂ ਕਿ ਧਰਮ ਕੀ ਚਲੇ ਨਈਆ। ਲੇ ਦੇ ਕੇ ਤੁਮ ਹੀ ਥੇ ਮੇਰੇ ਗੁਲਸ਼ਨ ਕੇ ਬਕਈਆ। ਵੇਖੋ ਕਮਾਲ ਦੀ ਕਰਮ ਫੇਰਦਾ, ਕਹਿੰਦਾ ਅੱਲਾ ਯਾਰ ਖਾਂ ਕਲਗੀਧਰ ਕਹਿੰਦੇ ਮੇਰਾ ਗੁਲਸ਼ਨ ਮੇਰਾ ਬਾਗ ਉੱਜੜ ਚੁੱਕਿਆ ਹੈ। ਬਾਗ ਕੀ ਹੈ? ਮੇਰਾ ਪਰਿਵਾਰ, ਇੱਕ ਇੱਕ ਕਰਕੇ ਮੇਰਾ ਘਰ, ਮੇਰੇ ਘਰ ਦੇ ਬਾਗ, ਮੇਰੇ ਬਾਗ ਦੇ ਫੁੱਲ ਮੁਰਝਾ ਚੁੱਕੇ ਨੇ। ਜੋਰਾਵਰ ਜੀ ਨਹੀਂ ਲੱਭਦੇ, ਬਾਬਾ ਫਤਿਹ ਸਿੰਘ ਨਹੀਂ ਲੱਭਦਾ, ਅਜੀਤ ਸਿੰਘ ਅੱਖਾਂ ਸਾਹਮਣੇ ਮੁਰਝਾਇਆ, ਮਹਿਲ ਦਿੱਲੀ ਗਏ ਨੇ, ਮਾਂ ਗੁਜਰ ਕੌਰ ਸ਼ਹੀਦੀ ਦੀ ਅਵਧੀ ਪਾਉਣ ਵਾਲੀ ਹੈ ਤੇ ਜੁਝਾਰ ਸਿੰਘਾ ਮੇਰੇ ਗੁਲਸ਼ਨ ਦਾ ਇਕਲੌਤਾ ਤੂੰ ਫੁੱਲ ਬਚਿਆ ਹੈ ਔਰ ਤੂੰ ਸਿੱਖੀ ਦੇ ਬੇੜੇ ਦਾ ਮਲਾਹ ਹੈ। ਲੇ ਦੇ ਕੇ ਤੁਮ ਹੀ ਥੇ ਮੇਰੇ ਗੁਲਸ਼ਨ ਕੇ ਬਕਈਆ ਲੋ ਜਾਓ ਕੇ ਰਾਹ ਤਖਤੇ ਹੈ ਸਭ ਮੁਲਕ ਮੇ ਭਈਆ। ਜਾ ਜੰਗ ਦੇ ਮੈਦਾਨ ਅੰਦਰ ਜਾ, ਜਾ ਕਲੇਜੇ ਵਿੱਚ ਬਰਸ਼ੀ ਖਾ, ਕਿਉਂਕਿ ਮੇਰੇ ਨਾਲੋਂ ਵੱਧ ਉਡੀਕ ਸੱਚਖੰਡ ਵਿੱਚ ਤੇਰਾ ਭਰਾ ਤੇਰੀ ਕਰ ਰਿਹਾ ਹੈ। ਅਜੀਤ ਸਿੰਘ ਤੈਨੂੰ ਉਡੀਕ ਰਿਹਾ, ਖੁਆਇਸ਼ ਹੈ ਤੁਮੇ ਤੇਗ ਚਲਾਤੇ ਹੋਏ ਦੇਖੇ ਹਮ ਆਂਖ ਸੇ ਤੁਮੇ ਬਰਸ਼ੀ ਖਾਤੇ ਹੋਏ ਦੇਖੇ। ਸਿੱਖੀ ਦਾ ਬੇੜਾ ਡੁੱਬ ਨਾ ਜਾਵੇ, ਸਿੱਖੀ ਦਾ ਮਹਿਲ ਸਿੰਚਣਾ ਤੇਰੇ ਲਹੂ ਨਾ ਜਾ ਚਲਿਆ ਜਾ। ਕੇਵਲ ਇਹ ਹੀ ਨਹੀਂ ਚਾਹੁੰਦਾ ਵੀ ਜੰਗ ਦੇ ਮੈਦਾਨ ਅੰਦਰ ਬਰਸ਼ੀਆਂ ਮਾਰੇ, ਅੱਖਾਂ ਨਾਲ ਤੈਨੂੰ ਕਲੇਜੇ ਵਿੱਚ ਬਰਸ਼ੀ ਖਾਂਦੇ ਨੂੰ ਵੀ ਤੱਕਾਂਗਾ। ਇਹ ਬਰਸ਼ੀ ਕਾਹਦੇ ਲਈ ਖਾਧੀ? ਇਹ ਬੇੜਾ ਕਿਹੜਾ ਸਿੱਖੀ ਦਾ ਜਿਹਦੇ ਵਿੱਚ ਅਸੀਂ ਸਵਾਰ ਹਾਂ? ਇਹ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਸੁਖੀ ਬਸੈ ਮੋਰੋ ਪਰਿਵਾਰਾ, ਮੈਂ ਆਪਣਾ ਪਰਿਵਾਰ ਇਸ ਖਾਲਸਾ ਪਰਿਵਾਰ ਲਈ ਵਾਰ ਚੱਲਿਆ ਵੀ ਇਹ ਸਦਾ ਖੁਸ਼ੀਆਂ ਮਾਨਣ। ਜੇ ਚਮਕੌਰ ਦੀ ਗੜੀ ਚੋਂ ਭਾਈ ਦਇਆ ਸਿੰਘ ਨੂੰ ਕੱਢਿਆ ਜਾ ਸਕਦਾ ਹੈ ਤੇ ਜੁਝਾਰ ਸਿੰਘ ਵੀ ਤੇ ਨਿਕਲ ਸਕਦੇ ਸਨ, ਨਹੀਂ ਤੁਹਾਨੂੰ ਸੁੱਖ ਦੇਣਾ ਸੀ। ਜਿਹੜੇ ਮਹਿਲ ਨੂੰ ਪਾਣੀ ਨਾਲ ਨਾ ਸਿੰਚੀਏ ਉਹ ਢਹਿ ਜਾਂਦਾ, ਉਹ ਖੁਰ ਜਾਂਦਾ, ਉਹਦੀਆਂ ਕੰਧਾਂ ਕਿਰ ਜਾਂਦੀਆਂ ਨੇ। ਸਿੱਖਾ ਤੇਰੇ ਮਹਿਲ ਨੂੰ ਖੂਨ ਪਾਇਆ ਬੱਚਿਆਂ ਦਾ, ਕਿਤੇ ਕਿਰ ਨਾ ਜਾਵੇ, ਕਿਤੇ ਟੁੱਟ ਨਾ ਜਾਵੇ। ਫੁਰਮਾਉਣ ਲੱਗੇ ਗੁਰੂ ਸਾਹਿਬ ਕਿਹੜਾ ਤੁਹਾਡਾ ਪਰਿਵਾਰ ਹੈ? ਸੇਵਕ ਸਿੱਖ ਸਭੈ ਕਰਤਾਰਾ ਮੇਰੇ ਸਿੱਖ। ਕਹਿੰਦੇ ਮੇਰੇ ਸੇਵਕ ਹੇ ਕਰਤਾਰ ਜੀ ਇਹ ਸਾਰਾ ਮੇਰਾ ਪਰਿਵਾਰ ਹੈ, ਉਹਨਾਂ ਨੂੰ ਸੁੱਖ ਬਖਸ਼ੋ। ਮੋ ਰਛਾ ਨਿਜ ਕਰਦੈ ਕਰੀਐ, ਆਪਣੀ ਕਿਰਪਾ ਸਾਡੇ ਸਿੱਖਾਂ ਸੇਵਕਾਂ ਦੀ ਰੱਖਿਆ ਇਹ ਤੁਸੀਂ ਆਪਣਾ ਹੱਥ ਰੱਖ ਕੇ ਕਿਰਪਾ ਨਾਲ ਕਰਨੀ ਕਰੋ। ਔਰ ਕਿਵੇਂ ਰੱਖਿਆ ਹੋ ਸਕੇਗੀ? ਸਭ ਬੈਰਨ ਕੋ ਆਜ ਸੰਘਰੀਐ। ਇੱਥੇ ਜੇ ਤੇ ਲੱਗਾ ਹੁੰਦਾ ਨਾ ਐੜਾ, ਐੜੇ ਨੂੰ ਹੁੰਦੀਆਂ ਦਲਾਵਾਂ ਤੇ ਸੰਘਰਿਆ ਬਣਨਾ ਸੀ, ਪਰ ਇੱਥੇ ਆ ਯਈਆ।
ਔਰ ਸਨਾਤਨ ਵਿਦਵਾਨ ਫਿਰ ਇਉਂ ਪੜ੍ਹਦੇ ਨੇ ਸੰਪਰਦਾਈ ਵਿਦਵਾਨ ਵਿਦਵਾਨਾਂ ਦੀ ਖਾਣ ਟਕਸਾਲ ਸੰਪਰਦਾਵਾਂ ਇਉਂ ਪੜ੍ਹਦੀਆਂ ਨੇ ਸਭ ਬੈਰਨ ਕੋ ਆਜ ਸੰਘਰਿਆ ਯਈਏ ਨੂੰ ਦਲਾਵਾਂ ਨੇ ਗੁਰੂ ਸਾਹਿਬ ਇਉਂ ਫਰਮਾਉਂਦੇ ਨੇ ਸਾਰਿਆਂ ਵੈਰੀਆਂ ਦਾ ਕਾਮ ਕ੍ਰੋਧ ਆਦਿਕਾਂ ਦਾ ਸੰਘਾਰ ਕਰੋ ਜੰਗ ਦੇ ਮੈਦਾਨ ਅੰਦਰ ਸਾਰਿਆਂ ਵੈਰੀਆਂ ਦਾ ਸੰਘਾਰ ਕਰੋ ਇਹ ਮੇਰਾ ਸਿੱਖ ਸੇਵਕ ਪਰਿਵਾਰ ਸੁਖੀ ਵਸੇ ਕਰੋ ਆਪਣੀ ਕਿਰਪਾ ਨਾਲ ਆਪਣੇ ਹੱਥਾਂ ਨਾਲ ਸਾਡੀ ਰੱਖਿਆ ਕਰੋ ਪੂਰਨ ਹੋਏ ਹਮਾਰੀ ਆਸਾ ਸਾਡੇ ਮਨ ਦੀ ਇੱਕ ਆਸਾ ਹੈ ਇੱਕ ਇੱਛਾ ਹੈ ਜਿਵੇਂ ਬਾਬਾ ਧੰਨਾ ਕਹਿੰਦਾ ਨਾ ਦੋ ਸਿਰ ਮੰਗੂ ਚੂੰਨਾ ਮੈਂ ਤੇ ਮੰਗਣਾ ਹੀ ਰੱਬ ਕੋਲੋਂ ਹੈ ਆਟਾ ਦਾਲ ਘਰ ਵਾਲੀ ਸੁੱਖ ਸਹੂਲਤਾਂ ਸਭ ਰੱਬ ਕੋਲੋਂ ਮੰਗਣੀਆਂ ਨੇ ਬੱਚਾ ਮਾਪਿਆਂ ਤੋਂ ਮੰਗਦਾ ਅਸੀਂ ਗੁਰੂ ਨਾਨਕ ਤੋਂ ਮੰਗਣਾ ਹੈ ਹੇ ਗੁਰੂ ਨਾਨਕ ਇੱਕ ਆਸ ਹੈ ਹਿਰਦੇ ਵਿੱਚ ਪੂਰੀ ਕਰੇਗਾ ਸਵਾਲ ਪੈਦਾ ਹੋਇਆ ਵੀ ਕਿਹੜੀ ਆਸ ਹੈ ਤੋਰ ਭਜਨ ਕੀ ਰਹਿ ਪਿਆਸਾ ਜਿਹੜੇ ਬੰਦੇ ਨੂੰ ਪਾਣੀ ਦੀ ਪਿਆਸ ਲੱਗੀ ਹੋਵੇ ਉਹ ਹੀ ਜਾਣਦਾ